ਜੇਕਰ ਤੁਹਾਡੇ ਬੱਚੇ ਵੀ ਸਾਰਾ ਦਿਨ ਮੋਬਾਈਲ ਚਲਾਉਂਦੇ ਨੇ, ਮੋਬਾਈਲ ਉੱਤੇ ਵੀਡੀਓ ਦੇਖੇ ਬਿਨਾ ਉਹਨਾਂ ਦੇ ਗਲੇ ਦੇ ਹੇਠਾਂ ਰੋਟੀ ਨਹੀਂ ਉਤਰਦੀ, ਜਾਂ ਫਿਰ ਮੋਬਾਈਲ ਉੱਤੇ ਸਾਰਾ ਦਿਨ ਵੀਡੀਓ ਗੇਮਸ ਖੇਡਦੇ ਨੇ, ਤਾਂ ਫਿਰ ਇਹ ਖਬਰ ਖਾਸ ਤੌਰ 'ਤੇ ਤੁਹਾਡੇ ਲਈ ਹੈ। ਇੱਕ ਸੋਧ ਦੇ ਵਿੱਚ ਸਾਹਮਣੇ ਆਇਆ ਹੈ ਕਿ ਮੋਬਾਈਲ ਦੇ ਉੱਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਬੱਚਿਆਂ ਦੇ ਬੋਲੀ ਦੇ ਉੱਤੇ ਕਾਫੀ ਅਸਰ ਪੈਂਦਾ ਹੈ। ਸਾਰਾ ਦਿਨ ਮੋਬਾਈਲ ਦੇ ਉੱਤੇ ਵੀਡੀਓ ਦੇਖਣ ਜਾਂ ਵੀਡੀਓ ਗੇਮ ਖੇਡਣ ਦੇ ਨਾਲ ਬੱਚਿਆਂ ਦੇ ਦਿਮਾਗ ਦੇ ਉੱਤੇ ਬੁਰਾ ਅਸਰ ਪੈ ਰਿਹਾ ਹੈ, ਅਤੇ ਇਸ ਦੇ ਨਾਲ ਹੀ ਉਹਨਾਂ ਦਾ ਭਾਸ਼ਾ ਦਾ ਗਿਆਨ ਵੀ ਵਿਗੜ ਰਿਹਾ ਹੈ। ਇੱਕ ਸੋਧ ਦੇ ਵਿੱਚ ਸਾਹਮਣੇ ਆਇਆ ਹੈ ਕਿ ਜੋ ਪਰਿਵਾਰ ਜ਼ਿਆਦਾ ਸਮਾਂ ਸਕਰੀਨ ਦੇ ਸੰਪਰਕ ਦੇ ਵਿੱਚ ਰਹਿੰਦੇ ਹਨ, ਜਾਣੀ ਕਿ ਮੋਬਾਈਲ ਕੰਪਿਊਟਰ ਅਤੇ ਇਲੈਕਟ੍ਰੋਨਿਕ ਡਿਵਾਈਸ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ, ਉਹਨਾਂ ਪਰਿਵਾਰਾਂ ਵਿੱਚ ਬੱਚਿਆਂ ਦੀ ਸ਼ਬਦਾਵਲੀ ਕਮਜ਼ੋਰ ਹੋਣ ਲੱਗਦੀ ਹੈ। ਇਹ ਸੋਧ ਫਰੰਟੀਅਰਸ ਇਨ ਡਿਵੈਲਪਮੈਂਟਲ ਸਾਈਕੋਲੋਜੀ ਜਰਨਲ ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਸੋਧ ਵਿੱਚ ਐਸਟੋਨੀਆ ਦੇ ਵਿਗਿਆਨੀਆਂ ਨੇ 2.5 ਤੋਂ 4 ਸਾਲ ਦੇ 421 ਬੱਚਿਆਂ ਦੇ ਮਾਤਾ ਪਿਤਾ ਅਤੇ ਬੱਚਿਆਂ ਦੇ ਸਕਰੀਨ ਟਾਈਮ ਅਤੇ ਬੱਚਿਆਂ ਦੇ ਭਾਸ਼ਾ ਕੌਸ਼ਲ ਦੇ ਨਾਲ ਜੁੜੇ ਹੋਏ ਸਵਾਲ ਪੁੱਛੇ। ਬੱਚਿਆਂ ਦੀ ਭਾਸ਼ਾ ਸਮਰੱਥਾ ਦਾ ਮੁਲਾਂਕਣ ਕਰਨ ਲਈ ਇੱਕ ਪ੍ਰਸ਼ਨਾਵਲੀ ਭਰਨ ਨੂੰ ਵੀ ਕਿਹਾ ਗਿਆ। ਇਸ ਵਿਸ਼ਲੇਸ਼ਣ ਦੇ ਵਿੱਚ ਸਾਹਮਣੇ ਆਇਆ ਕਿ ਜੋ ਮਾਤਾ ਪਿਤਾ ਜ਼ਿਆਦਾ ਸਕਰੀਨ ਦਾ ਉਪਯੋਗ ਕਰਦੇ ਸੀ, ਉਹਨਾਂ ਦੇ ਬੱਚੇ ਵੀ ਜ਼ਿਆਦਾ ਦਿਨ ਸਕਰੀਨ ਦੇ ਸੰਪਰਕ ਵਿੱਚ ਰਹਿੰਦੇ ਹਨ, ਜਿਸ ਦਾ ਸਿੱਧਾ ਪ੍ਰਭਾਵ ਉਹਨਾਂ ਦੇ ਭਾਸ਼ਾ ਗਿਆਨ ਦੇ ਉੱਤੇ ਪੈ ਰਿਹਾ ਹੈ। ਜਦੋਂ ਕਿ ਘੱਟ ਸਕਰੀਨ ਦਾ ਉਪਯੋਗ ਕਰਨ ਵਾਲੇ ਬੱਚਿਆਂ ਦੇ ਵਿਆਕਰਨ ਅਤੇ ਸ਼ਬਦਾਵਲੀ ਦੋਹਾਂ ਦੇ ਵਿੱਚ ਬਿਹਤਰ ਪਾਏ ਗਏ। ਇਹ ਵੀ ਦੇਖਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਸਕਰੀਨ ਦਾ ਉਪਯੋਗ ਨਾ ਕਰਨ ਵਾਲੇ ਬੱਚਿਆਂ ਦੇ ਭਾਸ਼ਾ ਕੌਸ਼ਲ ਦੇ ਉੱਤੇ ਕੋਈ ਬੁਰਾ ਪ੍ਰਭਾਵ ਨਹੀਂ ਪਿਆ। ਸੋਧ ਦੇ ਪ੍ਰਮੁੱਖ ਲੇਖਕ ਡਾਕਟਰ ਟੀਆ ਤੁਲਵਿਸਟੇ ਨੇ ਕਿਹਾ ਕਿ ਵੱਡੇ ਬੱਚਿਆਂ ਲਈ ਈ ਬੁੱਕ ਪੜ੍ਹਨਾ ਅਤੇ ਐਜੂਕੇਸ਼ਨਲ ਗੇਮ ਖੇਡਣਾ ਭਾਸ਼ਾ ਸਿੱਖਣ ਦਾ ਇੱਕ ਮੌਕਾ ਹੋ ਸਕਦਾ ਹੈ, ਪਰ ਵੀਡੀਓ ਗੇਮ ਖੇਡਣ ਦੇ ਲਈ ਸਕਰੀਨ ਦਾ ਉਪਯੋਗ ਕਰਨਾ ਬੱਚਿਆਂ ਦੇ ਭਾਸ਼ਾ ਗਿਆਨ ਦੇ ਉੱਤੇ ਕਾਫੀ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਚਾਹੇ ਮਾਤਾ ਪਿਤਾ ਜਾਂ ਬੱਚੇ ਕੋਈ ਵੀ ਗੇਮ ਖੇਡ ਰਹੇ ਹੋਣ, ਇਸ ਦਾ ਸਿੱਧਾ ਅਸਰ ਉਹਨਾਂ ਦੇ ਭਾਸ਼ਾ ਗਿਆਨ ਦੇ ਉੱਤੇ ਪੈ ਰਿਹਾ ਹੈ। ਉਹ ਬੱਚੇ ਜੋ ਜ਼ਿਆਦਾਤਰ ਸਮਾਂ ਸਕਰੀਨ ਦੇ ਉੱਤੇ ਬਿਤਾਉਂਦੇ ਨੇ, ਚਾਹੇ ਫਿਰ ਉਹ ਕੰਪਿਊਟਰ ਹੋਵੇ, ਚਾਹੇ ਮੋਬਾਈਲ ਦੇ ਉੱਤੇ ਵੀਡੀਓ ਗੇਮ ਖੇਡਦੇ ਨੇ ਜਾਂ ਫਿਰ ਕੋਈ ਵੀਡੀਓ ਦੇਖਦੇ ਨੇ, ਤਾਂ ਇਸ ਦੇ ਬੱਚਿਆਂ ਦੀ ਵਿਆਕਰਨ ਦੇ ਵਿੱਚ ਰੁਚੀ ਘੱਟ ਹੁੰਦੀ ਹੈ। ਇਹ ਜੇ ਬੱਚੇ ਉਹਨਾਂ ਸ਼ਬਦਾਂ ਦੀ ਪਹਿਚਾਣ ਘੱਟ ਕਰਦੇ ਨੇ ਜਿਹੜੀ ਅਸੀਂ ਆਮ ਬੋਲਚਾਲ ਦੇ ਵਿੱਚ ਸਿੱਖਦੇ ਹਾਂ। ਇਹ ਜੇ ਬੱਚੇ ਸਿਰਫ ਉਹੀ ਗਿਆਨ ਪ੍ਰਾਪਤ ਕਰਦੇ ਨੇ ਜੋ ਵੀਡੀਓ ਵਿੱਚ ਉਹਨਾਂ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਬੱਚੇ ਵੀਡੀਓ ਗੇਮ ਖੇਡਦੇ ਨੇ, ਤਾਂ ਵੀਡੀਓ ਗੇਮ ਖੇਡਣ ਵਾਲੇ ਬੱਚਿਆਂ ਦੀ ਸ਼ਬਦਾਵਲੀ ਦੇ ਉੱਤੇ ਇਸ ਤੋਂ ਵੀ ਜ਼ਿਆਦਾ ਬੁਰਾ ਅਸਰ ਪੈਂਦਾ ਹੈ, ਕਿਉਂਕਿ ਉਹ ਬੱਚੇ ਕਿਸੇ ਤਰ੍ਹਾਂ ਦੇ ਬੋਲਚਾਲ ਦੇ ਕੰਮ ਦੇ ਵਿੱਚ ਸ਼ਾਮਲ ਨਹੀਂ ਹੁੰਦੇ। ਇਸ ਕਰਕੇ ਉਹ ਬੱਚੇ ਜ਼ਿਆਦਾਤਰ ਚੁੱਪ ਰਹਿ ਕੇ ਵੀਡੀਓ ਗੇਮ ਖੇਡਦੇ ਨੇ ਅਤੇ ਉਹਨਾਂ ਦਾ ਦਿਮਾਗ ਸਿਰਫ ਦੇਖਣ ਦੇ ਵਿੱਚ ਰੁੱਝਿਆ ਹੁੰਦਾ ਹੈ। ਇਹੋ ਜਿਹੇ ਵਿੱਚ ਉਹਨਾਂ ਬੱਚਿਆਂ ਦਾ ਦਿਮਾਗ ਸੁਣ ਕੇ ਸਮਝਣ ਵਾਲੀਆਂ ਚੀਜ਼ਾਂ ਦੇ ਵੱਲ ਘੱਟ ਧਿਆਨ ਦਿੰਦਾ ਹੈ, ਜਾਣੀ ਕਿ ਉਹਨਾਂ ਨੂੰ ਸ਼ਬਦਾਂ ਦੀ ਪਹਿਚਾਣ ਘੱਟ ਹੁੰਦੀ ਹੈ। ਤਾਂ ਜੇਕਰ ਤੁਹਾਡੇ ਬੱਚੇ ਵੀ ਮੋਬਾਈਲ ਦੇ ਉੱਤੇ ਜ਼ਿਆਦਾ ਸਮਾਂ ਬਿਤਾਉਂਦੇ ਨੇ, ਤਾਂ ਤੁਹਾਨੂੰ ਵੀ ਉਹਨਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੀ ਭਾਸ਼ਾ ਦੇ ਉੱਤੇ ਸਿੱਧਾ ਸਿੱਧਾ ਅਸਰ ਪੈਂਦਾ ਹੈ ਅਤੇ ਉਹਨਾਂ ਦੀ ਬੋਲਚਾਲ ਅਤੇ ਪੂਰੀ ਪਰਸਨੈਲਿਟੀ ਇਸ ਦੇ ਨਾਲ ਪ੍ਰਭਾਵਿਤ ਹੁੰਦੀ ਹੈ। ਤੁਹਾਨੂੰ ਸਾਡੀ ਅੱਜ ਦੀ ਰਿਪੋਰਟ ਕਿਹੋ ਜਿਹੀ ਲੱਗੀ ਸਾਨੂੰ ਦੱਸਣਾ ਨਾ ਭੁੱਲਣਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਦੇਖਦੇ ਰਹੋ ਜਗਬਾਣੀ ਟੀਵੀ।